ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੁਨੀਆ ਦੇ ਵਿੱਚ ਵਰਲਡ ਲੇਬਰ ਡੇ ਗਰੀਬਾਂ ਦਾ ਮਨਾ ਰਹੇ ਹਾਂ। ਸਾਡੇ ਪੰਜਾਬ ਅਤੇ ਸਾਡੇ ਹਿੰਦੁਸਤਾਨ ਦੇ ਵਿੱਚ ਗਰੀਬੀ ਉਸੇ ਤਰ੍ਹਾਂ ਹੈਗੀ ਹੈ ਜਿਵੇਂ 1947 ਦੇ ਵਿੱਚ ਅੰਗਰੇਜ਼ ਇਹ ਮੁਲਕ ਛੱਡ ਕੇ ਗਏ ਸੀਗੇ। ਮੇਰਾ ਤਾਂ ਰੋਜ਼ ਦਾ ਤਜਰਬਾ ਹੈਗਾ ਕਿ ਜਿਹੜੇ ਮੋਦੀ ਜੀ ਸਰਕਾਰ ਹੈ, ਇਸ ਨੇ ਅਮੀਰਾਂ ਨੂੰ ਹੋਰ ਅਮੀਰ ਕਰ ਦਿੱਤਾ, ਉਹਨਾਂ ਦੇ ਕਰਜ਼ੇ ਸਾਰੇ ਮਾਫ਼ ਕਰ ਦਿੱਤੇ ਹੈਗੇ ਹੈ, ਕਰੋੜਾਂ ਪਤੀ ਅਰਬਾਂ ਪਤੀ ਜਾਂਦੇ, ਅਤੇ ਜਿਹੜੇ ਖੇਤ ਮਜ਼ਦੂਰ ਹੈ, ਜਿਹੜੇ ਆਪਣੇ ਜ਼ਿਮੀਂਦਾਰ ਹੈ, ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਹੈਗੇ। ਰੋਜ਼ ਮੈਂ ਪਿੰਡਾਂ 'ਚ ਜਾਂਦਾ, ਮੈਂ ਦੇਖਦਾ ਕਿ ਜਿਹੜੀਆਂ ਗਰੀਬ ਬੀਬੀਆਂ ਸਵੇਰੇ ਘਰੋਂ ਨਿਕਲ ਜਾਂਦੀ ਹੈ, ਉਹਨਾਂ ਦੇ ਮੋਢੇ ਦੇ ਉੱਤੇ ਇੱਕ ਚਾਦਰ ਹੁੰਦੀ ਹੈ, ਫਿਰ ਦੁਪਹਿਰ ਨੂੰ ਵਾਪਸ ਆ ਰਹੀਆਂ ਹੁੰਦੀ ਹੈ, ਉਹ ਚਾਦਰ ਦੇ ਵਿੱਚ ਪੱਠੇ ਹੁੰਦੇ ਆ, ਉਹ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੀ ਹੈ, ਉਹ ਸਿਰ ਦੇ ਉੱਤੇ ਪੰਡ ਚੱਕੀ ਹੁੰਦੀ ਹੈ, ਪੰਡ ਨੂੰ ਛੱਡ ਕੇ ਫਿਰ ਦੁਪਹਿਰ ਨੂੰ ਫਿਰ ਨਿਕਲ ਜਾਂਦੀ ਹੈ, ਫਿਰ ਅਸੀਂ ਦੇਖਦੇ ਹਾਂ ਉਹ ਕੱਪੜਾ ਫਿਰ ਮੋਢੇ ਦੇ ਉੱਤੇ ਹੁੰਦਾ, ਸ਼ਾਮ ਨੂੰ ਆਉਂਦੀ ਹੈ, ਉਹਨਾਂ ਦੇ ਸਿਰ ਦੇ ਉੱਤੇ ਪੰਡ ਲੱਕੜਾਂ ਤੀਲਿਆਂ ਦੀ ਲੱਦੀ ਹੁੰਦੀ ਹੈ, ਜਿਹਦਾ ਮਤਲਬ ਹੈ ਉਹਨਾਂ ਦੇ ਕੋਲ ਕੋਈ ਗੈਸ ਨਹੀਂ ਹੈ, ਕੋਈ ਮਿੱਟੀ ਦੇ ਤੇਲ ਦਾ ਸਟੋਵ ਹੈ ਨਹੀਂਗਾ, ਅਤੇ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੀ ਹੈ। ਅਤੇ ਮੈਂ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਖਿਆ, ਇਹਨਾਂ ਦਾ ਇੱਕ ਕਮਰਾ ਹੈ ਜਿੱਥੇ ਮੀਆਂ ਬੀਬੀ ਸੌਂਦੇ ਹੈ, ਉੱਥੇ ਇਹਨਾਂ ਦਾ ਮੁੰਡਾ ਅਤੇ ਨੂੰਹ ਵੀ ਸੌਂਦੇ ਹੈ, ਅਤੇ ਜੇ ਇਹਨਾਂ ਦੀ ਧੀ ਆ ਜਾਵੇ ਤਾਂ ਜਵਾਈ ਵੀ ਉੱਥੇ ਸੌਂਦੇ ਨੇ। ਸੋ ਇਹੋ ਜਿਹੀ ਸੋਚ ਅਜੇ ਤੱਕ ਹੈਗੀ ਹੈ ਕਿ ਅਮੀਰ ਹੋਰ ਅਮੀਰ ਹੋਈ ਜਾਂਦਾ, ਅਤੇ ਇੰਦਰਾ ਗਾਂਧੀ ਤੋਂ ਲੈ ਕੇ ਇਹ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਬੋਗਸ ਝੂਠੇ ਸਲੋਗਨ ਦਿੱਤੇ ਹੈ। ਇੰਦਰਾ ਗਾਂਧੀ ਨੇ ਕਿਹਾ ਕਿ ਅਸੀਂ ਤੁਹਾਨੂੰ ਰੋਟੀ ਕੱਪੜਾ ਮਕਾਨ ਦੇਵਾਂਗੇ, ਮੋਦੀ ਨੇ ਕਿਹਾ ਘਰ ਘਰ ਦੇ ਵਿੱਚ ਨੌਕਰੀ ਹੋਊਗੀ, ਕੋਈ ਨੌਕਰੀ ਨਹੀਂ ਦਿੱਤੀ ਗਈ, ਲੋਕ ਪਿੱਟਦੇ ਹੈ। ਮੈਂ 3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਸੀਗਾ, ਪਾਰਲੀਮੈਂਟ ਦੀ ਸਿਕਿਉਰਿਟੀ ਤੋੜ ਕੇ 2 ਨੌਜਵਾਨ ਮੁੰਡੇ ਸਾਡੀ ਪਾਰਲੀਮੈਂਟ ਦੇ ਵਿੱਚ ਛਾਲ ਮਾਰ ਕੇ ਆ ਗਏ। ਅਸੀਂ ਸਮਝਿਆ ਕਿ ਉਹਨਾਂ ਨੇ ਕੋਈ ਗੜਬੜ ਕਰਨੀ ਹੈ, ਗੜਬੜ ਉਹਨਾਂ ਨੇ ਕੋਈ ਨਹੀਂ ਸੀ ਕਰਨੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਨੂੰ ਕਿਹਾ ਕਿ ਘਰ ਘਰ ਨੌਕਰੀ ਹੋਊਗੀ, ਕੋਈ ਸਾਡੇ ਕੋਲ ਨੌਕਰੀ ਹੈ ਨਹੀਂ, ਅਸੀਂ ਬੇਕਾਰ ਹੋਏ ਪਏ ਹੈ, ਅਸੀਂ ਮਰਨ ਨੂੰ ਤਿਆਰ ਹੈ, ਅਸੀਂ ਸਿਕਿਉਰਿਟੀ ਤੋੜੀ ਹੈ, ਸਾਨੂੰ ਪਤਾ ਕਿ ਜੇ ਸਿਕਿਉਰਿਟੀ ਪਾਰਲੀਮੈਂਟ ਦੀ ਟੁੱਟੂਗੀ ਤਾਂ ਸਾਨੂੰ ਗੋਲੀ ਵੱਜੂਗੀ, ਪਰ ਇਹਦੀ ਨਾ ਪਰਵਾਹ ਕਰਦੇ ਹੋਇਆ ਅਸੀਂ ਪਾਰਲੀਮੈਂਟ ਦੇ ਵਿੱਚ ਛਾਲਾਂ ਮਾਰ ਦਿੱਤੀ ਹੈ। ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਲੇਬਰ ਹੈ, ਮਜ਼ਦੂਰ ਹੈ, ਉਹਨਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਜੀ ਜਦੋਂ ਝੋਨੇ ਦੀ ਵਢਾਈ ਹੁੰਦੀ ਹੈ ਉਦੋਂ ਸਾਨੂੰ ਦਿਹਾੜੀ ਮਿਲ ਜਾਂਦੀ ਹੈ, ਜਦੋਂ ਝੋਨਾ ਬੀਜਦੇ ਆ ਉਦੋਂ ਸਾਨੂੰ ਦਿਹਾੜੀ ਮਿਲ ਜਾਂਦੀ ਹੈ, ਜਦੋਂ ਫਸਲ ਕਣਕ ਦੀ ਗੌਣ ਦੇ ਉੱਤੇ ਆ ਜਾਂਦੀ ਹੈ ਉਦੋਂ ਸਾਨੂੰ ਦਿਹਾੜੀ ਮਿਲਦੀ ਹੈ, ਬਾਕੀ ਦੇ ਦਿਨਾਂ ਦੇ ਵਿੱਚ ਕਦੇ ਦਿਹਾੜੀ ਮਿਲਦੀ ਹੈ, ਕਦੇ ਦਿਹਾੜੀ ਨਹੀਂ ਮਿਲਦੀ। ਅਸੀਂ ਇੱਥੇ ਭੁੱਖੇ ਮਰ ਰਹੇ ਹੈਗੇ ਹਾਂ ਅਤੇ ਕੋਈ ਇੰਤਜ਼ਾਮ ਨਹੀਂ। ਆਮ ਪਾਰਟੀ ਨੇ ਪ੍ਰੋਮਿਸ ਕੀਤਾ ਸੀਗਾ ਕਿ ਜਿਹੜੇ ਮਹੀਨੇ ਗਰੀਬਾਂ ਦੀ ਬੀਬੀਆਂ ਦੇ ਬੈਂਕ ਦੇ ਖਾਤੇ ਦੇ ਵਿੱਚ 1,000 ਰੁਪਈਆ ਸਰਕਾਰ ਪਾ ਦਿਆ ਕਰੂਗੀ, ਉਹ ਵੀ ਬਿਲਕੁਲ ਨਹੀਂ। ਅਜੇ ਤੱਕ
ਉਹ ਜਿਹੜਾ ਵਾਅਦਾ ਸੀਗਾ ਉਹ ਪੂਰਾ ਕੀਤਾ।